ਬਠਿੰਡਾ ਦੀ ਪੁਲਿਸ ਲਾਈਨ ਵਿਖੇ ਪਹੁੰਚੇ ਡੀਆਈਜੀ ਫਰੀਦਕੋਟ ਰੇਂਜ ਅਜੇ ਮਲੋਜਾ ਅਤੇ ਉਹਨਾਂ ਵੱਲੋਂ ਕੀਤੀ ਗਈ ਇਨਸਪੈਕਸ਼ਨ। ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀ ਪੁਲਿਸ ਲਾਈਨ ਦੀਆਂ, ਜਿੱਥੇ 15 ਅਗਸਤ ਨੂੰ ਲੈ ਕੇ ਇਹਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ। ਉੱਥੇ ਜੋ ਅਜੇ ਮਲੋਜਾ ਜੀ ਨੇ ਡੀਆਈਜੀ ਫਰੀਦਕੋਟ, ਉਹਨਾਂ ਵੱਲੋਂ ਇੱਥੇ ਆ ਕੇ ਸਾਰੀ ਚੈਕਿੰਗ ਕੀਤੀ ਗਈ ਹੈ। ਇੱਥੇ ਜਿੱਥੇ ਉਹਨਾਂ ਵੱਲੋਂ ਇਹਨਾਂ ਦੇ ਜੋ ਇਹਨਾਂ ਵੱਲੋਂ ਵਰਤੇ ਜਾ ਰਹੇ ਹਥਿਆਰਾਂ ਦੀ ਇੱਥੇ ਆਪਾਂ ਚੈਕਿੰਗ ਕੀਤੀ ਗਈ ਹੈ। ਉੱਥੇ ਇਹਨਾਂ ਵੱਲੋਂ ਪੁਲਿਸ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਹਨ ਉਹ ਸਾਰੀ ਇਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ, ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੁਲਿਸ ਲਾਈਨ ਦੀਆਂ, ਜਿੱਥੇ ਅਜੇ ਮਲੂਜਾ ਡੀਆਈਜੀ ਫਰੀਦਕੋਟ ਰੇਂਜ ਇੱਥੇ ਆਏ ਹੋਏ ਹਨ ਅਤੇ ਉਹਨਾਂ ਦੇ ਨਾਲ ਬਠਿੰਡਾ ਦੇ SSP ਗੁਰਨੀਤ ਸਿੰਘ ਖਰਾਣਾ, SP ਡੀ ਅਜੇ ਗਾਂਧੀ ਅਤੇ ਹੋਰ ਵੀ ਸੀਨੀਅਰ ਅਧਿਕਾਰੀ ਇਹਨਾਂ ਦੇ ਨਾਲ ਦਿਖਾਈ ਦੇ ਰਹੇ ਹਨ। 15 ਅਗਸਤ ਨੂੰ ਲੈ ਕੇ ਸਾਰੀਆਂ ਤਿਆਰੀਆਂ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਅਤੇ ਅਸੀਂ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਉਸ ਨੂੰ ਲੈ ਕੇ ਵੀ ਇਹਨਾਂ ਵੱਲੋਂ ਪੂਰੀਆਂ ਤਿਆਰੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਬਠਿੰਡਾ ਦੇ ਪੁਲਿਸ ਲਾਈਨ ਦੀਆਂ ਇਹ ਸਾਰੀਆਂ ਤਸਵੀਰਾਂ, ਜਿੱਥੇ ਅੱਜ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਇਹਨਾਂ ਵੱਲੋਂ ਜਿੱਥੇ ਇਹਨਾਂ ਦੇ ਜੋ ਇਹਨਾਂ ਦੇ ਵਹੀਕਲ ਹਨ ਉਹਨਾਂ ਦੀ ਚੈਕਿੰਗ ਕੀਤੀ ਗਈ, ਉੱਥੇ ਇਹਨਾਂ ਵੱਲੋਂ ਹਥਿਆਰਾਂ ਦੀ ਵੀ ਇੱਥੇ ਮੌਕੇ ਤੇ ਚੈਕਿੰਗ ਕੀਤੀ ਗਈ। ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਪੁਲਿਸ ਲਾਈਨ ਦੀਆਂ ਇਹ ਸਾਰੀਆਂ ਤਸਵੀਰਾਂ। ਜਿਸ ਤਰ੍ਹਾਂ ਅੱਜ ਅਜੇ ਮਲੂਜਾ ਜੋ DIG ਫਰੀਦਕੋਟ ਰੇਂਜ ਹਨ ਉਹ ਅੱਜ ਬਠਿੰਡਾ ਪਹੁੰਚੇ ਹਨ ਵਿਸ਼ੇਸ਼ ਤੌਰ ਤੇ, ਉਹਨਾਂ ਦੇ ਨਾਲ ਬਠਿੰਡਾ ਦੇ SSP ਗੁਰਨੀਤ ਸਿੰਘ ਖਰਾਣਾ ਵੀ ਦਿਖਾਈ ਦੇ ਰਿਹਾ ਹਨ ਤੇ ਇਹਨਾਂ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ। ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਅੱਜ ਵਿਸ਼ੇਸ਼ ਤੌਰ ਤੇ ਬਠਿੰਡਾ ਦੀ ਪੁਲਿਸ ਲਾਈਨ ਵਿਖੇ ਪਹੁੰਚੇ ਤੇ ਇਹਨਾਂ ਵੱਲੋਂ 15 ਅਗਸਤ ਦੀਆਂ ਕਿਸ ਤਰ੍ਹਾਂ ਤਿਆਰੀਆਂ ਨੂੰ ਉਸ ਨੂੰ ਲੈ ਕੇ ਇਹਨਾਂ ਵੱਲੋਂ ਸਾਰੀ ਚੈਕਿੰਗ ਕੀਤੀ ਗਈ। ਇਹ ਸਾਡੇ DGP ਪੰਜਾਬ ਦੀ ਹਦਾਇਤ 'ਤੇ ਪੂਰੇ ਪੰਜਾਬ ਦੇ ਵਿੱਚ ਇਹ ਸਾਰੀ ਇੱਕ ਇੰਸਪੈਕਸ਼ਨ ਚੱਲ ਰਹੀ ਹੈ। ਇਸ ਇੰਸਪੈਕਸ਼ਨ ਦੇ ਦੌਰਾਨ ਮੈਨੂੰ ਬਠਿੰਡਾ ਡਿਸਟ੍ਰਿਕਟ ਅਲਾਟ ਹੋਇਆ ਅਤੇ ਅੱਜ ਮੈਂ ਇੱਥੇ ਆਇਆ। ਪਹਿਲਾਂ ਤਾਂ ਅਸੀਂ ਸਾਰੀ ਜਿਹੜੀ ਪੋਸਟਲ ਸਟਰੈਂਥ ਹੈ ਉਹ ਸਾਰਾ ਚੈੱਕ ਕੀਤਾ। ਜ਼ਿਲ੍ਹਾ ਬਠਿੰਡੇ ਦੇ ਵਿੱਚ ਕੁੱਲ 2384 ਸਾਰੇ ਰੈਂਕ ਪਾ ਕੇ ਇੱਥੇ ਫੋਰਸ ਤੈਨਾਤ ਹੈ। ਉਹਨਾਂ ਸਾਰਿਆਂ ਦਾ ਅਸੀਂ ਆਡਿਟ ਕਰ ਰਹੇ ਹਾਂ। ਜਿਹੜੇ ਯੂਥ ਯੰਗ ਬੰਦੇ ਆ ਉਹਨਾਂ ਨੂੰ ਐਕਟਿਵ ਡਿਊਟੀ ਥਾਣਿਆਂ ਦੇ ਵਿੱਚ ਲਗਾਇਆ ਜਾਵੇ ਉਹ ਸਾਰਾ ਅਸੀਂ SSP ਸਾਹਿਬ ਨਾਲ ਡਿਸਕਸ ਕੀਤਾ। ਉਹ ਸਾਰੀ ਉਸੇ ਮੁਤਾਬਕ ਅਸੀਂ ਡਿਪਲਾਈਮੈਂਟ ਕਰਾ ਰਹੇ ਹਾਂ। ਉਸ ਤੋਂ ਇਲਾਵਾ ਜਿਹੜੇ ਕੋਈ ਐਂਟੀਰੋਇਡ ਇਕੁਪਮੈਂਟ ਹੈ, ਲਾਠੀਆਂ, ਹੋਰ ਕੈਨ ਸ਼ੀਲਡਾਂ, ਵਜਰਾ, ਹੋਰ ਜੋ ਵੀ ਕੋਈ ਇਕੁਪਮੈਂਟ ਸਾਡੇ ਕੋਲ ਹੈਗਾ ਅਸੀਂ ਉਹਦੀ ਅੱਜ ਚੈਕਿੰਗ ਕਰ ਰਹੇ ਹਾਂ। ਜੇਕਰ ਜ਼ਿਲ੍ਹੇ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ੋਰਟੇਜ ਹੈ ਉਸਨੂੰ ਬੜਾ ਜਲਦੀ ਪੂਰਾ ਕੀਤਾ ਜਾਊਗਾ। ਇਸ ਤਰ੍ਹਾਂ ਜੋ ਪੁਲਿਸ ਵਰਕਿੰਗ ਨਾਲ ਰਿਲੇਟਡ ਚੀਜ਼ਾਂ ਉਹ ਸਾਰਿਆਂ ਨੂੰ ਅੱਜ ਅਸੀਂ ਚੈੱਕ ਕਰਨ ਆਏ ਹਾਂ ਅਤੇ ਇਸ ਦੀ ਜਿਹੜੀ ਸਾਰੀ ਡਿਟੇਲਡ ਰਿਪੋਰਟ DGP ਸਾਹਿਬ ਨੂੰ ਜਾਊਗੀ ਅਤੇ ਉਸ ਦੀ ਤੁਰੰਤ ਪੂਰਤੀ ਕੀਤੀ ਜਾਊਗੀ। ਇਸ ਤੋਂ ਇਲਾਵਾ ਜਿਵੇਂ ਕੋਈ ਵਹੀਕਲ ਦੀ ਸ਼ੋਰਟੇਜ ਹੈ, ਕਿਸੇ ਵੀ ਤਰ੍ਹਾਂ ਦਾ ਵਹੀਕਲ ਹੈ, ਐਂਟੀਰੋਇਡ ਜਾਂ ਕੋਈ ਹੋਰ SHO ਲਈ ਜਾਂ GOs ਲਈ ਜੋ ਵੀ ਸ਼ੋਰਟੇਜ ਹੈ ਉਸ ਨੂੰ ਤੁਰੰਤ ਪੂਰਾ ਕਰਨ ਦਾ ਇਹ ਮਕਸਦ ਹੈ ਅਤੇ ਇਹਦੇ 'ਤੇ ਇਮੀਡੀਏਟਲੀ DGP ਸਾਹਿਬ ਨੂੰ ਐਕਸ਼ਨ ਕੀਤਾ ਜਾਵੇ। ਨਹੀਂ ਕੋਈ ਇੱਦਾਂ ਦੀ ਇਲੈਕਸ਼ਨ ਵਗੈਰਾ ਤਾਂ ਆ ਹੀ ਰਹੇ ਹੈ, ਉਹ ਤਾਂ ਰੂਟੀਨ ਪ੍ਰੋਸੈਸ ਹੁੰਦਾ। ਹੁਣ MP ਦੇ ਇਲੈਕਸ਼ਨ ਨੇੜੇ ਵੀ ਹੈ, ਉਸ ਤੋਂ ਬਾਅਦ ਵੈਸੇ ਜਿਹੜੀਆਂ ਸਾਡੀਆਂ ਰਿਜ਼ਰਵਾਂ ਵਗੈਰਾ ਇਹਨਾਂ ਨੂੰ ਰੈਗੂਲਰ ਪ੍ਰੈਕਟਿਸ ਕਰਵਾਉਣਾ, ਰੈਗੂਲਰ ਪਰੇਡ ਕਰਵਾਉਣਾ ਤਾਂ ਕਿ ਜਦੋਂ ਵੀ ਕੋਈ ਇੱਦਾਂ ਦਾ ਦੰਗਾ ਫਸਾਦ ਹੁੰਦਾ ਹੈ ਉੱਥੇ ਪੁਲਿਸ ਪ੍ਰੋਪਰਲੀ ਹੈਂਡਲ ਕਰ ਸਕੇ ਤਾਂ ਕਿ ਕੋਈ ਕਿਸੇ ਦਾ ਜ਼ਿਆਦਾ ਕੋਈ ਨੁਕਸਾਨ ਨਾ ਹੋਵੇ। ਅਤੇ ਇਸ ਲਈ ਇਹ ਟ੍ਰੇਨਿੰਗ ਹੈ, ਹੁਣ ਰੈਗੂਲਰ ਸਾਡੀਆਂ ਪਰੇਡ ਵਗੈਰਾ ਡਿਸਟ੍ਰਿਕਟ ਦੇ ਵਿੱਚ ਚੱਲ ਰਹੀਆਂ, ਉਹ SSP ਸਾਹਿਬ, SP ਹੈੱਡਕੁਆਰਟਰ ਸਾਹਿਬ ਉਹਨੂੰ ਪਰਸਨਲੀ ਮੋਨੀਟਰ ਕਰਦੇ ਆ, ਆਪ ਜਾਂਦੇ ਆ ਉੱਥੇ। ਈਵਨ ਥਾਣਿਆਂ ਦੇ ਵਿੱਚ ਵੀ ਹਰ ਮੰਡੇ ਪਰੇਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇ ਡਿਊਟੀ ਨਾ ਹੋਵੇ ਹਰ ਮੰਡੇ ਉੱਥੇ ਵੀ ਪਰੇਡ ਹੁੰਦੀ ਹੈ ਤਾਂ ਕਿ ਜਿਹੜਾ ਪੁਲਿਸ ਆਪਣੇ ਕੰਮ ਤੋਂ ਭਲੀ ਭਾਂਤੀ ਜਾਣੀ ਹੋਵੇ। ਹਾਂ ਬਿਲਕੁਲ, ਮਾਡਰਨਾਈਜੇਸ਼ਨ ਦੇ ਵਿੱਚ ਬੜੇ ਇਕੁਪਮੈਂਟ ਸਾਡੇ ਕੋਲ ਆ ਰਹੇ ਆ, ਜਿਵੇਂ ਵਜਰਾ ਵਗੈਰਾ ਹੈ, ਟੀਅਰ ਗੈਂਸ ਹੈ, ਕਾਫੀ ਇਕੁਪਮੈਂਟਸ ਜਿਹੜੇ, ਈਵਨ ਨਾਈਟ ਵਿਜ਼ਨ ਡਿਵਾਈਸ ਸਾਡੇ ਕੋਲ ਹੈਗੇ ਆ, ਬੜੇ ਇਕੁਪਮੈਂਟ ਜਿਹੜੇ ਲੇਟੈਸਟ ਹੈ ਉਹ ਪੁਲਿਸ ਨੂੰ ਵੈਲ ਇਕੁਪਡ ਕਰ ਰਹੇ ਹਾਂ। ਈਵਨ ਵੈਪਨਸ ਵਗੈਰਾ ਵੀ ਜਿਹੜੇ ਕੋਈ ਲੇਟੈਸਟ ਵੈਪਨ ਹੈ ਉਹ ਵੀ ਇੰਟਰੋਡਿਊਸ ਕਰ ਰਹੇ ਹਾਂ।
इस दा मकसद तुसी समझो अज यही है। एक तो जिहड़े यूथ यंग बंदे वो ज़्यादा फील्ड ड्यूटीज़ ते रहन, जो दफ्तरां दे विच ना वड़न, बाकी जिहड़ी फोर्स की कोई रिक्वायरमेंट है वो असीं पूरी लिख भी रहे हैं, वो तुरंत पूरी की जाए। जिहड़े हाई प्रोफाइल साडे जिहड़े कोई हुंदे आ कैदी उहनां नूं तां असीं पूरी प्रोटैक्शन प्रोपर लैके जांदे आ, बाकी कोई जिहड़ी गल हैगी एस एस पी साहब नाल असीं डिस्कस करके उस चीज़ नूं असीं दूर करा। नहीं कोई ऐसी गल नहीं है, इस चीज़ के स्टेशनरी के फंड है, सब कुछ है। एस एस पी ऑफिस मैं भी इतने एस एस पी बठिंडा रहा, तो कोई ऐसी गल नहीं हैगी। पर यह है भी जो कोई मुलाजम मंगेगा ही नहीं सानू की पता लगेगा, जो कोई भी डिमांड एस एच ओ लैवल या जीओ लैवल से आती है वो नाल दी नाल दिता जाएगा। हमने आप 4 लाख की खरीद करके दी भी हैगी है, कोई ऐसी गल नहीं है। वो जो मुलाजम नहीं पता है वो भावें कुछ करता है, अदरवाइज तो सारा कुछ इतने ऑन पेपर हर चीज़ फंड है, हर चीज़ का फंड है। कोई ऐसी नहीं, वैसे साड़ियाँ ऑफिशियल व्हीकल्स है, वो भी जेकर कोई परमिशन नाल एस एस पी साहब की परमिशन नाल यूज भी कर लेंगे, एस एच ओ की लोकल जो भी है उन्होंने वो खर्चा भी दिता जाता, ऐसी गल नहीं। साढ़े को सीक्रेट फंड भी होंगे, उन्हें वी कैन अकोमोडेट दैम।